ਤੇ ਗਾਇਸ ਹੁਣੀ ਮੈਂ ਇੱਕ ਵਲੌਗ ਵਲੌਗ ਐਂਡ ਕਰਕੇ ਹਟਿਆ ਤੇ ਇੱਕ ਹੋਰ ਸ਼ੁਰੂ ਕਰ ਲਿਆਗਾ ਤੇ ਬਾਕੀ ਨਾ ਦੇਖ ਲਓ ਤੁਸੀਂ ਅੱਜ ਦੋ ਦਿਨ ਪਾਏ ਸੀਗੇ ਗੱਡੀਆਂ ਤਾਂ ਆਪਣੀਆਂ ਚਲੀਆਂ ਗਈਆਂ ਤੇ ਫਿਲਹਾਲ ਹੁਣ ਚਾਚਾ ਹੱਲੀ ਨੂੰ ਲੈ ਕੇ ਜਾ ਰਹੇ ਹੈਗੇ ਘਰ ਨੂੰ ਤੇ ਮੈਂ ਮੈਨੂੰ ਇੱਕ ਕੰਮ ਜਿਹਾ ਸੀਗਾ ਆਪਣਾ ਟਰੈਕਟਰ ਦਾ ਕੁਝ ਕਰਾਉਣਾ ਸੀਗਾ ਤੇ ਮੈਂ ਉਹ ਕਰਾਉਣਾਗਾ ਚੱਲ ਕੇ ਪਹਿਲਾਂ ਫੋਨ ਲਾ ਲਾਂ ਜੇ ਨਾ ਹੋਇਆ ਫਿਰ ਤਾਂ ਘਰੀ ਚੱਲਾਂਗੇ ਤੇ ਬਾਕੀ ਦੇਖਦੇ ਹਾਂ ਤੇ ਗਾਇਸ ਜਿਹੜਾ ਕੰਮ ਜਿਹਾ ਕਰਾਉਣਾ ਸੀਗਾ ਉਹ ਤਾਂ ਰਹਿ ਗਿਆ ਉਹ ਬੰਦਾ ਹੈ ਨਹੀਂ ਸੀਗਾ ਉੱਥੇ ਤੇ ਚਲੋ ਹੁਣ ਆਪਾਂ ਟਰੈਕਟਰ ਅੰਦਰ ਕਰ ਦਿੰਨੇ ਆਗੇ ਤੇ ਫੁੱਲਾਂ ਵਾਲੀ ਕਾਰ ਆ ਆਪਣੀ ਫੁੱਲਾਂ ਵਾਲੀ ਮੇਰੇ ਵੀਰੇ ਉਹ ਹੁਣ ਤੇ ਜਾ ਕੇ ਨਾ ਆਪਾਂ ਫੁੱਲ ਲਾਉਨੇ ਆਗੇ ਸਾਰਾ ਕੁਝ ਨਾਲ ਤੁਹਾਨੂੰ ਦਿਖਾਉਨੇ ਆ ਤੇ ਆਪਣੀ ਫੁੱਲਾਂ ਵਾਲੀ ਕਾਰ ਤੋਂ ਹੁਣ ਮੈਂ ਫੁੱਲ ਲਾਉਣ ਲੱਗਿਆਗਾ ਦੇਖੋ ਤੁਸੀਂ ਤੇ ਜਾਨੀ ਕਿ ਆ ਦੇਖੋ ਇਦਾਂ ਸਾਰੇ ਫੁੱਲ ਮੈਂ ਲਾ ਦਿੰਨਾਗਾ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾਗਾ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾਗਾ ਆ ਦੇਖੋ ਤੁਸੀਂ ਜਿਵੇਂ ਆ ਗਲੂ ਰਹਿ ਗਈ ਨਾ ਇਹ ਹੁਣ ਇਦਾਂ ਹੀ ਲੈਂਦੀ ਹੈਗੀ ਇਹ ਜਦੋਂ ਹੁਣ ਇੱਕ ਵਾਰੀ ਦੁਬਾਰੇ ਧੋਵਾਂਗੇ ਉਦੋਂ ਲਹੂਗੀ ਇਹ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀ ਪਿਛਲੀ ਵਾਰ ਕਾਫੀ ਟਾਈਮ ਨਹੀਂ ਲਹੀ ਸੀਗੀ ਇਹ ਤੇ ਚਲੋ ਕੋਈ ਨਹੀਂ ਹੁਣ ਫਿਰ ਲਾਉਣਾ ਤਾਂ ਹੈਗਾ ਹੀ ਸੀਗਾ ਅਗਲੇ ਸਾਲ ਆਪਾਂ ਫੇਰ ਫੋਰ ਲਾਵਾਂਗੇ ਇੱਧਰ ਸਕਰੀਨ ਮੈਂ ਚੱਲਦੀ ਛੱਡਤੀ ਇਹਨੂੰ ਵੀ ਬੰਦ ਕਰ ਦਿੰਦਾ ਮੈਂ ਤੇ ਆਪਾਂ ਤਾਂ ਪਹੁੰਚ ਗਏ ਸੀਗੇ ਚਾਚਾ ਵੀ ਪਹੁੰਚ ਗਿਆ ਦੇਖ ਲਓ ਤੁਸੀਂ ਟਰੈਕਟਰ ਉੱਤੇ ਚਾੜਨ ਲੱਗੇ ਆਂਗੇ ਬਸ ਹੁਣ ਤਾਂ ਹਾਈ ਲਾ ਲਾ ਐਂਡ ਚਕੜੇ 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 ਚਹਾਲੀ ਵਾਲੀ ਕਰਦਾ ਆਉਂਦਾ ਬਸ ਰੋਕ ਦੋ ਜੀ ਬਸ ਬਸ ਜੀ ਲਾਈਟਾਂ ਬੰਦ ਕਰ ਦਿਓ ਜੀ ਤੇ ਆਪਾਂ ਵੀ ਚਾਬੀ ਕੱਢਦੇ ਦੇਖੋ ਤੁਸੀਂ ਕਾਫੀ ਫੁੱਲ ਲੱਗੇ ਹੋਏ ਸੀਗੇ ਤੇ ਮੈਂ ਲਾਤੇ ਤੇ ਬਾਕੀ ਉਹ ਯਾਰ ਛਤਰੀ ਤੇ ਰਹਿ ਗਏ ਛਤਰੀ ਵਾਲੇ ਵੀ ਮੈਂ ਲਾ ਦਿੰਨਾਗਾ ਚਾਰ ਫੁੱਲ ਛਤਰੀ ਤੇ ਲੱਗੇ ਹੋਏ ਆ ਵੈਸੇ ਸੋਹਣੇ ਵੀ ਲੱਗਦੇ ਆ ਉਹ ਚਲੋ ਲਾ ਹੀ ਦਿੰਨੇ ਆਗੇ ਰੱਖਣੇ ਤਾਂ ਕਾਹਨੂੰ ਆ ਤੇ ਆਪਾਂ ਉਸ ਤੋਂ ਬਾਅਦ ਮਿੱਟੀ ਦੇਖੋ ਤੁਸੀਂ ਕਿੰਨੀ ਚੜ ਗਈ ਤੇ ਵੀ ਝਾੜ ਦੀ ਸਾਰੀ ਤੇ ਜਾਲੀ ਜੀ ਵੀ ਸਾਫ਼ ਕਰਦੀ ਹੈ ਜਾਲੀ ਮੈਂ 36 ਵਾਰ ਸਾਫ਼ ਕਰ ਦਿੰਦਾ ਫਿਰ ਲਿਬੜ ਜਾਂਦੀ ਆ ਚਲੋ ਹੁਣ ਸਾਫ਼ ਕਰਦੇ ਆਂਗੇ ਤੇ ਰੋਜ਼ ਵੀ ਲਾ ਦੇ ਜਿਹੜੇ ਉੱਤੇ ਰਹਿ ਗਏ ਤੇ ਹੁਣ ਗਾਈਜ਼ ਅਸੀਂ ਆਹ ਚਾਲਿਆ ਚੁਲਿਆ ਛੱਡਣ ਚੱਲੇ ਆਂਗੇ ਕਾਲ ਵਾਲੇ ਦੇ ਤੇ ਟਰਾਲੀ ਅਸੀਂ ਪਾ ਲਈ ਸੀਗੀ ਬਾਹਰਲੇ ਘਰਿਓ ਬਾਕੀ ਚੱਲਦੇ ਹਾਂ ਚਾਚਾ ਟਰਾਲੀ 'ਚ ਬੈਠਾ ਹੈਗਾ ਪਹਿਲੇ ਚੜ ਕੇ ਬਹਿ ਗਿਆ ਤੇ ਚਲੋ ਫਿਰ ਚੱਲਦੇ ਆਂਗੇ ਆਪਾਂ ਹੁਣ ਤੇ ਹੁਣ ਉੱਥੇ ਜਾ ਕੇ ਤੁਹਾਨੂੰ ਫੇਰ ਮਿਲਦੇ ਹਾਂ ਤੇ ਆਪਾਂ ਉੱਥੇ ਪਹੁੰਚ ਗਏ ਸੀਗੇ ਜਿੱਥੋਂ ਆਪਾਂ ਚਾਲੀਆਂ ਵਗੈਰਾ ਸਾਰਾ ਕੁਝ ਚੱਕਿਆ ਸੀਗਾ ਤੇ ਹੁਣ ਇੱਥੇ ਆ ਲਾਹੌਣ ਲੱਗੇ ਆਂਗੇ ਦੇਖ ਲਓ ਤੁਸੀਂ ਵੀ ਮੈਂ ਰੱਸੀਆਂ ਖੋਲਦਾ ਸੀਗਾ ਤੇ ਰੱਸੀਆਂ ਖੋਲ ਕੇ 7 ਤਾਂ ਚਾਲੀਆਂ ਨੇ ਹੀਆਂ ਤੇ 4 ਗਾਡਰ ਨੇ ਇਹ ਸਾਰਾ ਸਮਾਨ ਰੱਖ ਦੀ ਇੱਧਰ ਤੇ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਟਰਾਲੀ ਬਾਹਰਲੇ ਘਰੇ ਕੱਢ ਕੇ ਫਿਰ ਆਪਾਂ ਜਾਣੀ ਕਿ ਫਿਰ ਡੈਡੀ ਕਹਿੰਦੇ ਸੀ ਇੱਕ ਹੋਰ ਕੰਮ ਆਗਾ ਵੀ ਹਨਾ ਫਿਰ ਉਹ ਕਹਿੰਦਾ ਮੈਂ ਟਾਈਮ 'ਚ ਦੱਸੂੰਗਾ ਡੈਡੀ ਕਹਿੰਦੇ ਤੇ ਚਲੋ ਫਿਰ ਉਹ ਵੀ ਕਰਨਾਗਾ ਜਾ ਕੇ ਫਿਰ ਕਰਦੀ ਆ ਪਹਿਲਾਂ ਤੇ ਚਾਲੀਆਂ ਚੁੱਲੀਆਂ ਲਾ ਕੇ ਦੇਖ ਲਓ ਤੁਸੀਂ ਅਸੀਂ ਘਰੇ ਪਹੁੰਚ ਚੁੱਕੇ ਹਾਂਗੇ ਤੇ ਚਾਬੀਆਂ ਫੜਾ ਦਈਏ ਚਾਚੇ ਨੂੰ ਲੈ ਵੀ ਚਾਚਾ ਖੋਲ ਦੋ ਗੇਰਾ ਗੇਟ ਖੋਲ ਦੇ ਚਾਚਾ ਫਿਰ ਕਰਦੇ ਹਾਂ ਟਰੈਕਟਰ ਅੰਦਰ ਤੇ ਗਾਈਜ਼ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਕੱਪੜੇ ਚੇਂਜ ਕਰ ਲਏ ਮੈਂ ਟਰੈਕ ਸੂਟ ਪਾ ਲਿਆ ਗ੍ਰੇ ਕਲਰ ਦਾ ਤੇ ਚਾਚੂ ਨੇ ਨਵਾਂ ਲਿਆ ਕੀਤਾ ਸੀਗਾ ਚਲੋ ਹੁਣ ਆਪਾਂ ਚੱਲਦੇ ਹਾਂਗੇ ਕਿਸੇ ਪਾਸੇ ਤੇ ਕਿਸੇ ਪਾਸੇ ਨਹੀਂ ਜਾਣ ਕਿ ਜਾਣਾ ਤਾਂ ਮੇਰਾ ਸਕੂਲ ਹੈਗਾ ਉਦੋਂ ਸੀਟਾਂ ਹੀ ਫੜਨੀਆਂ ਕਿਉਂਕਿ ਮੇਰੇ ਹੈਗੇ ਪੀਰੀਓਡਿਕ ਐਗਜ਼ਾਮ ਉਹ ਫੜ ਕੇ ਲਿਆਉਣੇ ਆ ਉਸ ਤੋਂ ਬਾਅਦ ਹੋਰ ਵੀ ਕੰਮ ਨੇਗੇ ਚਾਚੂ ਨੂੰ ਤੇ ਉਹ ਵੀ ਨਾਲ ਆਪਾਂ ਚੱਲਦੇ ਹਾਂਗੇ ਆਪਾਂ ਨਾ ਸੰਦੌੜ ਤੱਕ ਜਾਵਾਂਗੇ ਸਕੂਟਰੀ ਤੇ ਉਹ ਨਾ ਜਗਰਾਉਂ ਗਏ ਸੀਗੇ ਕੋਈ ਕੰਮ ਸੀਗਾ ਡੈਡੀ ਹੁਣੀ ਤੇ ਉਸ ਤੋਂ ਬਾਅਦ ਫਿਰ ਆਪਾਂ ਉੱਥੋਂ ਗੱਡੀ 'ਚ ਹੋ ਜਾਵਾਂਗੇ ਤੇ ਗੱਡੀ 'ਚ ਚੱਲਾਂਗੇ ਚਲੋ ਹੁਣ ਆਪਾਂ ਲੈ ਕੇ ਚੱਲਦੇ ਹਾਂ ਇਹਨੂੰ ਤੇ ਉੱਥੇ ਪਹੁੰਚਦੇ ਆ ਫਿਰ ਸੰਦੌੜ ਉਸ ਤੋਂ ਗਾਂ ਆਪਾਂ ਗੱਡੀ 'ਚ ਆਵਾਂਗੇ ਬਾਕੀ ਮੈਂ ਟਰੈਕਟਰ ਅੱਜ ਦੋਨੇ ਬਾਹਰ ਹੀ ਖੜਾਤੇ ਤੇ ਕੋਈ ਨਾ ਬਾਅਦ 'ਚੋਂ ਆ ਕੇ ਅੰਦਰ ਕਰ ਦਾਂਗੇ ਹਜੇ ਤਾਂ ਲੋੜ ਨਹੀਂ ਗੀ ਅੰਦਰ ਕਰਕੇ ਹੀ ਚੱਲਦੇ ਹਾਂ ਯਾਰ ਆਪਾਂ ਕਿਹੜਾ ਕੱਢਣੇ ਅੰਦਰ ਹੀ ਕਰ ਦਿੰਦਾਗਾ ਮੈਂ ਦੋਨੇ ਟਰੈਕਟਰਾਂ ਨੂੰ ਹੁਣ ਕਿਹੜਾ ਲੋੜ ਆ ਗਈ ਮੈਨੂੰ ਲੱਗਦਾ ਕੱਲ੍ਹ ਨੂੰ ਹੀ ਕੱਢਾਂਗੇ ਹੁਣ ਜੇ ਤਾਂ ਲਾਤਾ ਫੋੜ ਵੀ ਅੰਦਰ ਲਾ ਦਈਏ ਮੰਮੀ ਚਾਬੀ ਦਿਓ ਚਾਬੀ ਤੇ ਕਰਦੇ ਹਾਂ ਸਟਾਰਟ ਦੇਖੋ ਤੁਸੀਂ ਵੀ ਆਪਾਂ ਸਾਰੇ ਸੰਦ ਅੰਦਰ ਲਾਤੇ ਤੇ ਆਪਾਂ ਨਾ ਜਾਣੀ ਕਿ ਅੱਗੇ ਫੋੜ ਐਂ ਦੀ ਲਾਉਂਦੇ ਹੁੰਦੇ ਹਾਂ ਨਾ ਅੱਜ ਇੱਧਰ ਦੀ ਤਾਂ ਲਾਇਆ ਕਿਉਂਕਿ ਇਹਦਾ ਸਲਾਂਸਰ ਲੰਬਾ ਹੋ ਗਿਆ ਅੱਗੇ ਤਾਂ ਐਂ ਦੀ ਉਹ ਲਾਉਂਦੇ ਸੀ ਟਾਣ ਥੱਲੇ ਚਲਾ ਜਾਂਦਾ ਸੀ ਹੁਣ ਟਾਣ ਥੱਲੇ ਨਹੀਂ ਜਾਂਦਾ ਤਾਂ ਕਰਕੇ ਇੱਧਰ ਦੀ ਲਾਇਆ ਇਸ ਕਰਕੇ ਹੁਣ ਦੇਖੋ ਤੁਸੀਂ ਗੱਡੀ ਨੂੰ ਜਗ੍ਹਾ ਘਟ ਗਈ ਗੱਡੀ ਹੁਣ ਜਾਣੀ ਕਿ ਸਿਰਫ ਇੰਨੇ ਦੇ ਫਾਸਲੇ ਤੇ ਖੜਿਆ ਕਰੂਗੀ ਸ਼ਟਰ ਤੋਂ ਤੇ ਦੇਖ ਸਕਦੇ ਹੋ ਤੁਸੀਂ ਬਾਕੀ ਕੋਈ ਹੋਰ ਇਲਾਜ ਕਰਦੇ ਆ ਦੇਖਦੇ ਆ ਕਿਸੇ ਹੋਰ ਲੋਟ ਲਾ ਕੇ ਦੇਖਾਂਗੇ ਵੀ ਜਿਹੜਾ ਗੱਡੀ ਵੀ ਮਗਰ ਚਲੇ ਜਾਇਆ ਕਰੇ ਤੇ ਮੈਂ ਸੋਚਦਾ ਵੀ ਜੌਨ ਡੀਅਰ ਪਿੱਛੇ ਕਰਕੇ ਤੇ ਜੇ ਫੋਰਡ ਇਧਰ ਨੂੰ ਹੋਰ ਕਰਦੀ ਤਾਂ ਗੱਡੀ ਜਮਾਂ ਪਿੱਛੇ ਚਲੀ ਜਾਓ ਫਿਰ ਉਹੀ ਗੱਲ ਹੋ ਜੂਗੀ ਉਹੀ ਜਗ੍ਹਾ ਇੱਧਰ ਵੱਜ ਜਾਣੀ ਆ ਬਸ ਸੇਮ ਹੀ ਹੈਗਾ ਕੰਮ ਤੇ ਚਲੋ ਬਾਕੀ ਚੱਲਦੇ ਆ ਬਸ ਹੁਣ ਗਾਈਜ਼ ਮੈਂ ਸੰਦੌੜ ਆ ਗਿਆ ਸੀਗਾ ਤੇ ਇੱਥੇ ਹੁਣ 3-4 ਕੁਲਚੇ ਖਾ ਕੇ ਤੇ ਮੈਂ ਚਾਚੇ ਨੂੰ ਲੈ ਚੱਲਿਆ ਮੈਂ ਚਾਚੇ ਨੂੰ ਕਿਹਾ ਵੀ ਹਨਾ ਚਲੋ ਆਪਾਂ ਰੋਡ ਤੇ ਗੇੜਾ ਕੱਢ ਕੇ ਆਉਂਦੇ ਆ ਤੇ ਹਜੇ ਫਿਲਹਾਲ ਡੈਡੀ ਹੁਣੀ ਪਹੁੰਚੇ ਨਹੀਂ ਗਿਆ ਆਪਣੇ ਲਵੇ ਤੇ ਅਸੀਂ ਕਿਹਾ ਫਿਰ ਬੈਠੇ ਵੀ ਕੀ ਕਰਦੇ ਆਂਗੇ ਤੁਰ ਕੇ ਚੱਲਦੇ ਆਂਗੇ ਖੁਰਦ ਤੱਕ ਪਹੁੰਚ ਜਾਾਂਗੇ ਜਾਂਦੇ ਆਂਦੇ ਹਨਾ ਅੱਛਾ ਤੇ ਸੰਦੌੜੋ ਅਸੀਂ ਤੁਰ ਪਏ ਆਂਗੇ ਤੁਰ ਕੇ ਜਾ ਰਹੇ ਆ ਦੇਖਦੇ ਆਂ ਕਿੱਥੇ ਤੱਕ ਪਹੁੰਚਦੇ ਜਦ ਨੂੰ ਉਹ ਆ ਜਾਂਦੇ ਆਗੇ ਉਹਨਾਂ ਨੂੰ ਮੈਂ ਫੋਨ ਲਾਇਆ ਸੀਗਾ ਕਹਿੰਦੇ ਅਸੀਂ ਰੈਕੋਟ ਆ ਗਏ ਤੇ ਉਹਨਾਂ ਨੂੰ ਲੱਗਣਗੇ 15-20 ਮਿੰਟ ਉਨੇ ਕੁ ਟਾਈਮ 'ਚ ਆਪਾਂ ਖੁਰਦ ਪਹੁੰਚ ਜਾਣਾਗਾ ਤੇ ਇੱਧਰ ਤੁਹਾਨੂੰ ਚਾਚਾ ਦਿਖਾਉਣਾ ਮੈਂ ਚਾਚਾ ਇੱਧਰ ਹੀ ਸਾਈਡ ਆਈ ਆ ਲੈ ਲਓ ਤੁਸੀਂ ਚਾਚਾ ਵੀ ਨਾਲ ਹੀ ਤੁਰਿਆ ਆਉਂਦਾ ਤੇ ਉਹਨੂੰ ਪੁੱਛਿਆ ਮੈਂ ਕਿਹਾ ਤੂੰ ਮੇਰੇ ਕੋਲ ਵਗ ਜਾਏਂਗਾ ਚਾਚਾ ਕਹਿੰਦਾ ਹਾਂ ਆਰਾਮ ਨਾਲ ਕਹਿੰਦਾ ਮੈਂ ਤਾਂ ਰੋਜ਼ ਇੰਨੀ ਕੁ ਵਾਰ ਰੋਜ਼ ਹੀ ਕੱਢ ਦਿੰਦਾ ਹਾਂ ਰੋਜ਼ ਹੀ ਕੱਢ ਦਿੰਦਾ ਤੇ ਬਾਕੀ ਚੱਲਦੇ ਆਂਗੇ ਆਪਣੇ ਲਵੇ ਸਮਾਨ ਜਿਹਾ ਵੀ ਸੀਗਾ ਇਹ ਵੀ ਕੋਈ ਕੰਮ ਆਗਾ
ਚਾਚਾ ਮੈਨੂੰ ਤਾਂ ਇੰਨੇ ਜੀ ਸਾਹ ਚੜ ਗਿਆ ਯਾਰ ਮੈਂ ਕਹਿੰਦਾ ਤੁਰਿਆ ਨਹੀਂ ਨਾ ਗਾਈਸ ਹੁਣੀ ਹੁਣੀ ਡੈਡੀ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਇਹ ਨਾ ਕਿੱਥੇ ਹੋ ਮੈਂ ਉਹਨਾਂ ਨੂੰ ਕਿਹਾ ਨਾ ਵੀ ਰੋਡ ਤੋਂ ਤੁਰੇ ਜਾਂਦੇ ਆ ਉਹਨਾਂ ਨੂੰ ਯਕੀਨ ਨਹੀਂ ਹੋਇਆ ਮੈਂ ਕਿਹਾ ਮੈਂ ਵੀ ਕੁਲਚੇ ਵੱਧ ਖਾ ਲਏ ਸੀਗੇ ਮੈਂ ਕਿਹਾ ਚਲੋ ਹਜ਼ਮ ਕਰ ਲੈਂਦੇ ਹਾਂ ਡੈਡੀ ਕਹਿੰਦੇ ਕੋਈ ਨਾ ਆਉਂਦੇ ਹੈਗੇ ਤਦ ਉਹ ਪਿੱਛੇ ਆਉਂਦੀ ਇੱਕ ਸਕੋਰਪੀਓ ਆਪਣੀ ਆ ਚ ਆਪਾਂ ਤਾਂ ਹੀ ਚੱਲਦੇ ਹਾਂਗੇ ਯਾਰ ਕਿੱਡੀ ਗੱਲ ਚੜ੍ਹ ਜਾਵਾਂਗੇ ਜਦੋਂ ਲਾਵੇ ਜੇ ਆ ਗਏ ਅਤੇ ਮੇਰੀ ਪ੍ਰੈਂਕ ਕਰਨ ਦੀ ਸਲਾਹ ਸੀਗੀ ਚਾਚਾ ਨਹੀਂ ਮੰਨਿਆ ਹੈਗਾ ਮੈਂ ਸੋਚਿਆ ਸੀ ਡੈਡੀ ਨਾਲ ਪ੍ਰੈਂਕ ਕਰ ਦਿਆਂਗੇ ਉਹ ਦੇਖ ਲਓ ਤੁਸੀਂ ਪਿੱਛੇ ਆ ਰਹੀ ਆ ਕਾਰ ਆਹ ਦੇਖੋ ਆ ਗਈ ਲਓ ਜੀ ਕਾਰ ਆ ਗਈ ਆਪਣੀ ਅਤੇ ਹੁਣ ਬਹਿੰਦੇ ਆਪਾਂ ਉੱਧਰ ਦੀ ਬੈਠਾ ਮੈਂ ਅਤੇ ਗਾਈਸ ਮੈਂ ਬੈਠਣ ਲੱਗਿਆਂਗਾ ਬਹਿ ਗਏ ਜੀ ਆਪਾਂ ਗੱਡੀ 'ਚ ਅਤੇ ਹੁਣ ਤੁਹਾਨੂੰ ਡੈਸਟੀਨੇਸ਼ਨ 'ਤੇ ਪਹੁੰਚ ਕੇ ਮਿਲਦੇ ਹਾਂ ਅਤੇ ਗਾਈਸ ਤੁਸੀਂ ਦੇਖ ਸਕਦੇ ਹੋ ਆਪਣਾ ਕੰਮ ਹੋ ਗਿਆ ਮੇਰੇ ਕੋਲ ਜਿਹੜਾ ਸੀਗਾ ਆਪਾਂ ਸ਼ੀਟਾਂ ਫੜਨੀਆਂ ਸੀਗੀਆਂ ਕਿਉਂਕਿ ਹੈਗੇ ਮੇਰੇ ਪੀਰੀਓਡਿਕ ਐਗਜ਼ਾਮ ਅਤੇ ਉਹ ਆਪਾਂ ਫੜ ਲਈਆਂ ਨਹੀਂ ਆ ਕਾਪੀਰਾਈਟ ਆਜੂਗਾ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਹਾਂਜੀ ਬਸ ਅਤੇ ਹੈ ਨਾ ਆਪਣਾ ਜਾਣੀ ਕਿ ਸ਼ੀਟਾਂ ਵਗੈਰਾ ਫੜ ਲਈਆਂ ਅਤੇ ਹੁਣ ਅਸੀਂ ਚੱਲੇ ਹਾਂ ਹੁਣ ਆਪਾਂ ਕਿੱਥੇ ਜਾਣਾ ਚਾਚੂ ਜੀ ਅਮਰਗੜ੍ਹ ਜਾਣਾ ਗਾ ਆਪਾਂ ਨਰਿੰਦਰ ਮਾਮਾ ਜੀ ਨੂੰ ਚੱਕਣਾ ਗਾ ਅਤੇ ਫਿਰ ਆਪਾਂ ਮੰਡੀ ਜਾਣੀ ਕਿ ਗੇੜਾ ਗੁੜਾ ਜਾ ਜਾਣੀ ਕਿ ਉੱਥੇ ਕੰਮ ਨੇਗੇ ਉੱਥੇ ਜਾ ਕੇ ਮਿਲਦੇ ਹਾਂ ਅੱਛਾ ਦੇਵੇਂਗਾ ਮੇਰੇ ਪੇਪਰ ਤੂੰ ਦੇ ਚਾਚਾ ਯਾਰ ਦੇ ਦੇਂਗਾ ਅੰਗਰੇਜ਼ੀ ਸਿਖਾ ਦੀ ਪੰਜਾਬੀ ਹਾਂ ਕਹਿ ਦਾਂਗੇ ਉਹਨਾਂ ਨੂੰ ਸਾਡੇ ਚਾਚੇ ਨੂੰ ਤਾਂ ਪੰਜਾਬੀ ਆਉਂਦੀ ਆ ਕਿਤਨਾ ਰੋਕੜਾ ਨਿਕਾਲ ਲਿਆ ਨਹੀਂ ਆਪ ਬਤਾਈਏ ਕਿਤਨਾ ਰੋਕੜਾ ਨਿਕਾਲ ਲਿਆ ਬਤਾ ਦੋ ਸੀ ਰੋਕੜਾ ਹਾਂਜੀ ਬਸ ਜਸਟ 20,000 ਪਾਉਂਡ ਓਕੇ ਪਾਉਂਡ ਪਾਉਂਡ ਤੁਸੀਂ ਬਾਹਲੇ ਸਾਸੇ ਬੈਗ ਖਾਸਾ ਵੱਡਾ ਲੈਂਦਾ ਕਰੋੜਾਂ 'ਚ ਹੀ ਲੱਗਦਾ ਪੈਸਾ ਜੀ ਮੈਨੂੰ ਅਸੀਂ ਨਾ ਮਤਲਬ ਜਾ ਰਹੇ ਸੀਗੇ ਤੇ ਚਾਚਾ ਸਾਨੂੰ ਸੜਕ ਨੀ ਲੱਭ ਰਹੀ ਸੀਗੀ ਅੱਗੇ ਬੇਸਿਕਲੀ ਤੇ ਚਾਚਾ ਕਹਿੰਦਾ ਉਹ ਸੀ ਸੜਕ ਚਾਚੇ ਨੇ ਸਾਰਿਆਂ ਨੂੰ ਪਿੱਛੇ ਬੈਠੇ ਨੇ ਨਾ ਦੱਸਤਾ ਸਾਰਿਆਂ ਨੂੰ ਵੀ ਮਤਲਬ ਇਕੱਠੇ ਹੋ ਕੇ ਜਾਂਦੇ ਆ ਗੱਡੀ ਜਾਂ ਸਿਆਲਾਂ 'ਚ ਜ਼ਿਆਦਾਤਰ ਬੰਦਾ ਘੁੰਮਦਾ ਤੇ ਜਦੋਂ ਧੁੰਦ ਹੁੰਦੀ ਹੈ ਤੇ ਚਾਚਾ ਜੀ ਨਾਲ ਹੁੰਦੇ ਨੇ ਜ਼ਿਆਦਾਤਰ ਇਹ ਨਿਗਾਹ ਸੜਕ ਤੇ ਰੱਖਦੇ ਆ ਯੈਸ ਸੜਕ ਤੇ ਨਿਗਾਹ ਵੱਧ ਰੱਖਦੇ ਆ ਤੇ ਹੁਣ ਗਾਈਜ਼ ਅਸੀਂ ਆ ਗਏ ਸੀਗੇ ਅਹਿਮਦਗੜ੍ਹ ਮੰਡੀ ਤੇ ਇੱਥੇ ਕੁਛ ਕੰਮ ਸੀਗਾ ਤੇ ਉਹ ਹੁਣ ਤੁਹਾਨੂੰ ਦਿਖਾਉਂਦੇ ਆ ਅੱਗੇ ਗਾਈਜ਼ ਜਿੱਥੇ ਆਉਣਾ ਸੀਗਾ ਉੱਥੇ ਤਾਂ ਆ ਗਏ ਬਾਕੀ ਹੁਣ ਨਾ ਇੱਕ ਲਿਫਾਫਾ ਚੱਕਣਾ ਰਹਿ ਗਿਆ ਸੀ ਗੱਡੀ 'ਚੋਂ ਹੁਣ ਉਹ ਚੱਕ ਕੇ ਲਿਆਉਂਦੇ ਆ ਬਾਕੀ ਮੈਂ ਚੱਲਿਆਂਗਾ ਤੇ ਜਸ਼ਨ ਮੇਰੇ ਨਾਲ ਆ ਚੱਲੀ ਆਪਾਂ ਗੱਡੀ ਕਾਫੀ ਦੂਰ ਖੜੀ ਹੈਗੀ ਜਾ ਕੇ ਲੈ ਕੇ ਆਉਂਦੇ ਹਾਂ ਜੀ ਫੈਨ ਵੀ ਹੈਗਾ ਇੱਕ ਮੋਹਨਾਬਾਦ ਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਲਿਫਾਫਾ ਆਪਾਂ ਚੱਕ ਲਿਆ ਹੁਣ ਗੱਡੀ ਨੂੰ ਲੌਕ ਕਰ ਦਈਏ ਚਲੋ ਚੱਲੀ ਆਓ ਗਾਈਜ਼ ਸਾਡੀ ਸ਼ਾਪਿੰਗ ਵਗੈਰਾ ਹੋ ਚੁੱਕੀ ਆ ਹਾਂ ਕੀ ਖਰੀਦ ਲਿਆ ਚਾਹ ਫਿਰ ਤੈਂ ਝੋਲੇ ਜੇ ਖਾਸੀ ਚੱਕੀ ਫਿਰਦਾ ਆ ਵੀ ਫੜ ਲਾ ਲੈ ਚਾਚਾ ਨੇ ਦੇਖ ਲਓ ਤੁਸੀਂ ਕਿੰਨਾ ਕੁਛ ਖਰੀਦ ਲਿਆ ਤੇ ਜਿਹੜੀ ਚਾਚੇ ਨੂੰ ਕੀ ਦਵਾਤਾ ਜੀ ਤੁਸੀਂ ਬਹੁਤ ਕੁਛ ਲੈ ਲਿਆ ਚਾਚੇ ਦੀ ਸ਼ਾਪਿੰਗ ਕਰਾਈ ਹੈਗੀ ਅੱਜ ਤੇ ਬਾਕੀ ਇੱਧਰ ਬੰਦੇ ਆਪਣੇ ਦੇਖ ਲਓ ਤੁਸੀਂ ਤੇ ਗਾਈਸ ਆਪਣਾ ਕੰਮ ਹੋ ਚੁੱਕਿਆ ਹੈਗਾ ਹੁਣ ਅਸੀਂ ਚੱਲੇ ਸੀਗੇ ਫਿਲਹਾਲ ਤੇ ਹੁਣ ਅਸੀਂ ਆਏ ਸੀਗੇ ਰੋਟੀ ਖਾਣ ਬੀਮੈਕਸ ਤੇ ਮਤਲਬ ਰੋਟੀ ਡਿਨਰ ਕਰਨ ਆਏ ਹੈਗੇ ਫਾਈਨਲੀ ਉਹ ਨੋਵਾ ਦੇ ਨਾਲ ਚੱਲਦੇ ਆਂਗੇ ਤੇ ਆ ਬਾਈ ਜੀ ਕਹਿੰਦੇ ਗੱਡੀ ਥੋੜੀ ਉੱਧਰ ਕਰਕੇ ਲਾ ਦੋ ਉੱਧਰ ਲਾਉਨੇ ਆਂਗੇ ਪਹਿਲਾਂ ਆਏ ਹੋਏ ਹਨ ਆਏ ਹੋਏ ਆ ਮਤਲਬ ਜਗਾੜ ਲਾ ਕੇ ਫਿਕਸ ਕੀਤੇ ਹੋਏ ਆ ਆਹ ਕੀ ਲਿਖਿਆ ਪੂਲ ਸਾਈਡ ਰੈਸਟੋਰੈਂਟ ਹੁਣ ਗਾਈਜ਼ ਅਸੀਂ ਆਏ ਆਂਗੇ ਚੇਨਾਈਨ ਪਹਿਲਾਂ ਜਦੋਂ ਵੀਮੈਕਸ ਗਏ ਸੀ ਉੱਥੇ ਸਾਰਾ ਕੁਛ ਬੁੱਕ ਸੀਗਾ ਤੇ ਇੱਥੇ ਚੱਲਦੇ ਆਂਗੇ ਅੰਦਰ ਤੁਹਾਨੂੰ ਦਿਖਾਉਣੇ ਆ ਸਾਰਾ ਕੁਛ ਤੇ ਖਾਣੇ ਪੀਣੇ ਆ ਤੇ ਮਿਲਦੇ ਆ ਹੈ ਇੱਧਰ ਦੇਖੋ ਤੁਸੀਂ ਕਿੰਨੀ ਘੈਂਟ ਚੀਜ਼ ਬਣੀ ਹੋਈ ਆ ਚਲੋ ਹੁਣ ਆਪਾਂ ਤੁਹਾਨੂੰ ਇੱਧਰ ਦਿਖਾਉਂਦੇ ਹਾਂ ਵੀ ਕੀ ਚੀਜ਼ ਆ ਦੇਖੋ ਤੁਸੀਂ ਕਾਫੀ ਵਧੀਆ ਬਣ ਗਿਆ ਜਦੋਂ ਪਹਿਲਾਂ ਆਉਂਦੇ ਸੀਗੇ ਉਦੋਂ ਇੰਨਾ ਵਧੀਆ ਨਹੀਂ ਬਣਿਆ ਹੋਇਆ ਸੀਗਾ ਦੇਖੋ ਅੱਗੇ ਬਾਰ ਲਿਖਿਆ ਹੋਇਆਗਾ ਹਾਂ ਥੱਲੇ ਇਹ ਮਿਰਰ ਆ ਗਿਆ ਸਾਰਾ ਜਸ਼ਨ ਦੇਖ ਕੇ ਤੋਰ ਥੱਲੇ ਨਾ ਨਿਕਲ ਜੀ
ਤੁਸੀਂ ਦੇਖ ਸਕਦੇ ਹੋ ਬਾਕੀ ਇੱਧਰ ਦੇਖੋ ਅੱਛਾ ਇੱਧਰ ਦੇਖੋ ਤੁਸੀਂ ਬਾਹਰ ਹੈਗਾ ਸਾਰੀ ਤੇ ਚੈੱਕ ਕਰ ਸਕਦੇ ਹਾਂ ਹਾਂ ਇੱਥੇ ਹੀ ਆਏ ਸੀਗੇ ਮੈਂ ਲਾ ਦੇਖ ਸਕਦੇ ਹੋਗੇ ਪੂਰੀ ਘੈਂਟ ਚੀਜ਼ ਬਣਾਈ ਹੋਈ ਆ ਨਾ ਇੱਧਰ ਸਾਰੇ ਜਣੇ ਇਹਦੇ ਆਲੇ ਦੁਆਲੇ ਹੋ ਗਏ ਦੇਖ ਲਓ ਇੱਥੇ ਬੱਤਕਾਂ ਵੀ ਰੱਖਿਆ ਤੁਸੀਂ ਦੇਖ ਸਕਦੇ ਹੋ ओके ओके बाकी इधर डीजे फ्लोर है कॉपीराइट अजूगा मैं इस करके ज्यादा बुलाओ नहीं कर रहा चीजा इन्हें लभन ना चाहे ना लभन बट आ चीजा ते आके जरूर सारे जने खड़ते हैगे तुसीं देख सकदे आ बाकी इधर अजय नैन दा लोगो ते उरे बैठी है बच्चों मैंने भी पक्के दिता हो इन्होंने बाकी तुसीं देख सकदे हो उरे एक होर रूम बनया होयागा आ तुसीं देख सकदे हो नीचे उतर के बनाया होयागा इह देखो घैंट चीज आ ना ਕੈਂਟ ਜੀ ਜਾਣਾ ਇੱਥੇ ਪਹਿਲਾਂ ਪੂਲ ਸੀਗਾ ਤੇ ਗਾਇਸ ਹੁਣ ਅਸੀਂ ਡਿਨਰ ਕਰਨ ਲੱਗੇ ਆਂਗੇ ਫਾਈਨਲੀ ਆ ਹੱਟ ਜੀ ਚ ਬਹਿ ਗਏ ਸੀ ਪਿੱਛੇ ਯਾਰ ਬੈਕਗ੍ਰਾਉਂਡ ਚ ਮਿਊਜ਼ਿਕ ਚੱਲ ਰਿਹਾ ਇਸ ਕਰਕੇ ਮੈਂ ਜ਼ਿਆਦਾ ਵਲੌਗ ਨਹੀਂ ਕਰ ਰਿਹਾ ਤੇ ਹੁਣ ਤੁਹਾਨੂੰ ਬਾਅਦ ਚ ਮਿਲਦੇ ਆ ਹੁਣ ਗਾਇਸ ਅਸੀਂ ਲੱਗੇ ਸੀਗੇ ਆਈਸਕ੍ਰੀਮ ਖਾਣ ਬਾਕੀ ਸਾਰਾ ਕੰਮ ਨਿਬੜ ਚੁੱਕਿਆ ਹੈਗਾ ਹੁਣ ਡੈਜ਼ਰਟ ਤੇ ਆ ਗਏ ਸੀਗੇ ਤੇ ਬਾਕੀ ਚਲੋ ਫਿਰ ਖਾ ਪੀ ਕੇ ਨਾ ਫਿਰ ਤੁਹਾਨੂੰ ਮਿਲਦੇ ਆ ਜਿੱਧਰ ਚਾਚੇ ਹੁਣੀ ਕਹਿੰਦੇ ਹੈ ਹਾਂ ਪੁੱਤ ਠੀਕ ਆ ਓਕੇ ਅੱਜ ਹੈਗਾ ਜੀ ਡੇ 2 ਤੇ ਅੱਜ ਅਸੀਂ ਗਰਾਊਂਡ ਚ ਲਈ ਸੀਗੇ ਹੁਣ ਲਾਈਟਾਂ ਦਾ ਕੰਮ ਜੌਨੀ ਦਾ ਲਾਈਟਾਂ ਦਾ ਕੰਮ ਬਹੁਤ ਟਾਈਮ ਤੋਂ ਪੈਂਡਿੰਗ ਹੋ ਗਿਆ ਸੀਗਾ ਕਿਉਂਕਿ ਚਾਚਾ ਜੀ ਆ ਗਏ ਸੀ ਕੈਨੇਡਾ ਤੋਂ ਤੇ ਬਾਕੀ ਹੁਣ ਲੈ ਕੇ ਚੱਲਦੇ ਹਾਂ ਆਪਾਂ ਦੇਖੋ ਤੁਸੀਂ ਸਮਾਨ ਮੈਂ ਗੱਡੀ 'ਚ ਰੱਖ ਲਿਆ ਪਿੱਛੇ ਪਈਆਂ ਨੇ ਅੰਦਰ ਲਾਈਟਾਂ ਅਤੇ ਉਹ ਹੁਣ ਕਰਾ ਕੇ ਲਿਆਉਂਦੇ ਹਾਂ ਜਾਣਾ ਆਪਾਂ ਰੈਕੋਰਡ ਉੱਥੋਂ ਕਰਾ ਕੇ ਲਿਆਵਾਂਗੇ ਅਤੇ ਬਾਕੀ ਚਲੋ ਤੁਹਾਨੂੰ ਹੁਣ ਅੱਗੇ ਮਿਲਦੇ ਹਾਂ ਕਿਤੇ ਨਾਲੇ ਦਿਖਾਉਂਦੇ ਹਾਂ ਲਾਈਟਾਂ ਦੇ ਵਿੱਚ ਕੀ ਦਿਖਾਉਣਾ ਗਾ ਇਹ ਵੀ ਇੱਕ ਰਾਜ਼ ਹੈਗਾ ਉਹ ਵੀ ਗਾਇਸ ਜਿੱਥੋਂ ਆਪਾਂ ਕੰਮ ਕਰਾਉਣੇ ਸੀ ਅਸੀਂ ਪਹੁੰਚ ਗਏ ਸੀਗੇ ਬੰਦੇ ਦੇਖੋ ਜੀ ਕਿੰਨੇ ਆਏ ਆ ਲਾਈਟਾਂ 2 ਨੇ ਅਤੇ ਬੰਦੇ ਅਸੀਂ ਆਏ ਹਾਂ 7 ਹੈ ਨਾ ਡੈਡੀ ਬੰਦੇ ਆਪਾਂ 7 ਆਏ ਹਾਂਗੇ ਲਾਈਟਾਂ 2 ਨੇ ਤੁਸੀਂ ਦੇਖ ਸਕਦੇ ਹੋ ਬਾਕੀ ਤੇ ਲਓ ਜੀ ਆਹ ਆਪਾਂ ਨੇ ਲਾਈਟਾਂ ਨਹੀਂ ਆ ਤੇ ਇਹਦੇ ਉਰੇ ਆਪਾਂ ਕੁਝ ਲਿਖਣਾ ਗਾ ਤੇ ਉਹ ਹੁਣ ਤਿਆਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਲਾਈਟ ਦੇ ਵਿੱਚ ਨੂਰ ਦੂਜੀ ਲਾਈਟ ਦੇ ਵਿੱਚ ਉੱਪਲ ਇਹ ਆਪਾਂ ਲਿਖਾਇਆ ਗਾ ਤੇ ਬਾਕੀ ਹੋਰ ਵੀ ਬਹੁਤ ਕੁਝ ਲਿਖਾ ਸਕਦੀ ਬਟ ਫਿਰ ਟਾਈਮ ਤੇ ਕੁਝ ਪਤਾ ਨਹੀਂ ਲੱਗਿਆ ਇਸ ਕਰਕੇ ਨੂਰ ਉੱਪਲ ਹੀ ਲਿਖਾ ਰਹੇ ਹਾਂਗੇ ਆਪਾਂ ਦੇਖ ਲਓ ਤੁਸੀਂ ਆਪਣਾ ਅਕ੍ਰੈਲਿਕ ਦੇ ਵਿੱਚ ਨੂਰ ਉੱਪਲ ਕੱਟਿਆ ਜਾ ਰਿਹਾ ਲਓ ਜੀ ਆਪਣਾ ਨੂਰ ਤਾਂ ਕੱਟਿਆ ਗਿਆ ਤੁਸੀਂ ਦੇਖ ਸਕਦੇ ਆ ਤੇ ਹੁਣ ਉੱਪਲ ਕੱਟਿਆ ਜਾ ਰਿਹਾ ਹੁਣ ਜਿਹੜੀ ਆਪਣੀ ਵਾਈਟ ਸ਼ੀਟ ਆ ਜਿਹੜੀ ਇਹਨਾਂ ਦੇ ਪਿੱਛੇ ਲੱਗਣੀ ਹੈਗੀ ਤੇ ਹੁਣ ਉਹ ਕੱਟੀ ਜਾ ਰਹੀ ਆ ਇਹਨਾਂ ਦੀ ਪਿਛਲੀ ਸਾਈਡ ਲੱਗੂਗੀ ਉਹ ਤੇ ਆਪਣੀਆਂ ਸਾਰੀਆਂ ਚੀਜ਼ਾਂ ਕੱਟ ਕੇ ਆ ਗਈਆਂ ਦੋ ਆਪਣੀਆਂ ਵਾਈਟ ਸ਼ੀਟਾਂ ਨੇਗੀਆਂ ਤੇ ਦੋ ਆਪਣੇ ਇੱਕ ਚੁੱਪਲ ਲਿਖਿਆ ਹੋਇਆਗਾ ਤੇ ਇੱਕ ਦੇ ਵਿੱਚ ਨੂਰ ਹੈਗਾ ਤੇ ਹੁਣ ਇਹ ਤਿਆਰ ਹੋਣਗੇ ਯਾਨੀ ਕਿ ਇਹਨਾਂ ਦੇ ਪਿੱਛੇ ਲੱਗੂਗੀ ਆਪਣੀ ਵਾਈਟ ਸ਼ੀਟ ਤੇ ਆਹ ਇਹਨਾਂ ਦੇ ਪੀਸਿਸ ਨੇ ਜਿਹੜੇ ਓ ਦੇ ਵਿੱਚ ਲੱਗਣੇ ਆ ਜਿੱਦਾਂ ਕਿ ਆਹ ਓ ਦਾ ਹੈਗਾ ਨਾ ਇਹ ਓ ਦੇ ਵਿੱਚ ਇਦਾਂ ਲੱਗਣਾ ਹੈਗਾ ਦੇਖੋ ਤੁਸੀਂ ਇਦਾਂ ਸਾਰੇ ਲੱਗਣਗੇ ਤੇ ਬਾਕੀ ਜਦੋਂ ਬਣ ਕੇ ਤਿਆਰ ਹੁੰਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਤੇ ਆਪਣਾ ਇੱਕ ਲਾਈਟ ਦਾ ਤਾਂ ਹੋ ਗਿਆ ਰੈਡੀ ਤੇ ਹੁਣ ਦੂਜੀ ਲਾਈਟ ਦਾ ਹੋ ਰਿਹਾ ਹੈਗਾ ਤੇ ਬਾਕੀ ਇਹਦੇ ਪਿੱਛੇ ਵਾਈਟ ਸ਼ੀਟ ਲੱਗ ਚੁੱਕੀ ਹੈਗੀ ਤੇ ਫਿਲਹਾਲ ਜਦੋਂ ਇਹ ਸੁੱਕਦੀ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਇਹ ਨਾ ਆਪਾਂ ਤਿਆਰ ਤਾਂ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਟ ਨਾ ਥੋੜਾ ਜਿਹਾ ਸਾਈਜ਼ 'ਚ ਫਰਕ ਪੈ ਗਿਆ ਮਤਲਬ ਮਾੜਾ ਜਿਹਾ ਮਾਈਨਰ ਜਿਹਾ ਉੱਤੋਂ ਉੱਤੋਂ ਥੋੜਾ ਜਿਹਾ ਛੋਟਾ ਬਣ ਗਿਆ ਇਹ ਤੇ ਹੁਣ ਉਹ ਸਹੀ ਕਰ ਰਹੇ ਹੈਗੇ ਤੇ ਬਾਕੀ ਨਵਾਂ ਬਣਾ ਰਹੇ ਆ ਤੇ ਆ ਤਾਂ ਹੁਣ ਜਿਹੜਾ ਬਣਾਇਆ ਸੀ ਇਹ ਤਾਂ ਬੇਕਾਰ ਗਿਆ ਇੱਥੇ ਹੁਣ ਨਵਾਂ ਬਣ ਕੇ ਲੱਗੂਗਾ ਦੇਖੋ ਤੁਸੀਂ ਨਾ ਮੈਂ ਤੁਹਾਨੂੰ ਦਿਖਾਉਣਾਗਾ ਇਧਰੋਂ ਵੀ ਥੋੜ੍ਹਾ ਜਿਹਾ ਫਰਕ ਪੈ ਗਿਆ ਨੀਚੇ ਵੀ ਥੋੜ੍ਹਾ ਜਿਹਾ ਫਰਕ ਪੈ ਗਿਆ ਇਹ ਪਤਾ ਨਹੀਂ ਕਿੱਦਾਂ ਹੋ ਗਿਆ ਕਿਉਂਕਿ ਅਸੀਂ ਪਹਿਲਾਂ ਜੋ ਕਾਗਜ਼ ਦਾ ਕੱਟ ਕੇ ਦੇਖਿਆ ਸੀਗਾ ਨਾ ਉਦੋਂ ਪੂਰਾ ਸਹੀ ਸੀਗਾ ਲਓ ਜੀ ਮਿੱਤਰੋ ਪਲੇਟ ਤਿਆਰ ਹੋ ਗਈ ਤੁਹਾਨੂੰ ਦਿਖਾਉਂਦੇ ਹਾਂਗੇ ਇੱਕ ਵਾਰ ਹੁਣ ਚਲਾ ਕੇ ਵੀ ਦਿਖਾਉਂਦੇ ਹਾਂ ਹੁਣ ਆਪਾਂ ਦੇਖੋ ਤੁਸੀਂ ਇਹ ਆਹ ਦੇਖੋ ਜੀ ਇਹ ਆਪਣੀ ਆ ਗਈ ਰੈੱਡ ਬਲੂ ਮੇਰੀ ਫਲੈਸ਼ ਚੱਲਦੀ ਹੈ ਇਹਦੇ ਕਰਕੇ ਥੋੜ੍ਹੀ ਜਿਹੀ ਘੱਟ ਦਿੰਦੀ ਆ ਅਤੇ ਬਾਕੀ ਇਹ ਰੁਕ ਵੀ ਜਾਂਦੀ ਆ ਖੜ੍ਹ ਜਾਓ ਤੁਹਾਨੂੰ ਰੋਕ ਕੇ ਦਿਖਾਉਂਦੇ ਹਾਂ ਇਹ ਆਹ ਦੇਖੋ ਜੀ ਹੁਣ ਰੁਕ ਗਈ ਇੱਦਾਂ ਦੀ ਕੁਛ ਤਿਆਰ ਹੋਈ ਆ ਇੱਦਾਂ ਹੀ ਆਪਣਾ ਉੱਪਲ ਤਿਆਰ ਹੋ ਜਾਣਾਗਾ ਤੇ ਬਾਕੀ ਕਮੈਂਟ ਕਰਕੇ ਦੱਸੋ ਕਿੱਦਾਂ ਹੀ ਲੱਗਦੀ ਆ ਬਾਕੀ ਹੁਣ ਇਹ ਟਰੈਕਟਰ 'ਚ ਕੱਸ ਕੇ ਉਦੋਂ ਬਾਅਦ ਇਹਦੀ ਟੋਟਲ ਲੋਕੋ ਤੋਂ ਉਦੋਂ ਪਤਾ ਲੱਗੂ ਆ ਸ਼ੀਸ਼ਾ ਵੀ ਉੱਤੇ ਇਹਦੇ ਇੱਦਾਂ ਲੱਗ ਜਾਣਾ ਦੇਖੋ ਤੁਸੀਂ ਇੱਦਾਂ ਤੇ ਹੁਣ ਆਪਾਂ ਨਾ ਇਹਦੇ ਪਿੱਛੇ 3M ਲਾ ਲਈ ਤੇ ਹੁਣ 3M ਲੱਗ ਜਾਣੀ ਕਿ ਇਹਦੇ ਉੱਤੇ ਚਿਪਕ ਜਾਣੀ ਹੈਗੀ ਇਹ ਫਿਰ ਲੈਂਦੀ ਨਹੀਂ ਗੀ ਛੇਤੀ ਇੱਥੇ ਵੀ 3M ਲੱਗ ਜਾਣੀ ਆ ਸਮਾਰ ਕੇ ਜਾਣੀ ਕਿ ਪੂਰਾ ਵਧੀਆ ਕੰਮ ਹੋਣਾ ਤੇ ਦੇਖ ਲਓ ਤੁਸੀਂ ਆਪਣੀਆਂ ਲਾਈਟਾਂ ਤਿਆਰ ਹੋ ਚੁੱਕੀਆਂ ਨੇਗੀਆਂ ਤੇ ਫਿਲਹਾਲ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਕਸੀਆਂ ਗਈਆਂ ਤਾਂ ਤੁਸੀਂ ਦੇਖ ਲਿਓ ਤੇ ਜੇ ਨਾ ਕਸੀਆਂ ਗਈਆਂ ਫਿਰ ਰਹਿ ਜੂਗਾ ਕੰਮ ਫਿਰ ਕੱਲ੍ਹ ਤੇ ਗਿਆ ਬਾਕੀ ਤੁਸੀਂ ਦੇਖ ਸਕਦੇ ਲਾਈਟਾਂ ਚੈੱਕ ਕਰੋ ਯਾਰ ਪੂਰੀ ਗੱਲਬਾਤ ਬਣ ਗਈ ਤੇ ਇਹ ਹੈਗੀ ਆਪਣੀ ਉੱਪਰ ਵਾਲੀ ਦੂਜੀ ਹੈਗੀ ਨੂਰ ਵਾਲੀ ਉਹ ਦੂਜੇ ਡੱਬੇ 'ਚ ਨਾ ਹੁਣ ਆਪਾਂ ਪੈਕ ਕਰ ਦਿੰਦੇ ਹਾਂ ਘਰੇ ਜਾ ਕੇ ਖੋਲ ਕੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਫਿਟਿੰਗ ਹੁੰਦੀ ਆ ਸਾਰੀ ਤੇ ਗਾਈਜ਼ ਆਪਣੀਆਂ ਲਾਈਟਾਂ ਤਿਆਰ ਹੋ ਚੁੱਕੀਆਂ ਨੇਗੀਆਂ ਹੁਣ ਆਪਾਂ ਤੁਹਾਨੂੰ ਘਰੇ ਚੱਲ ਕੇ ਮਿਲਦੇ ਹਾਂਗੇ ਤੇ ਚਲੋ ਫਿਰ ਓਕੇ ਚੁੱਪ ਚੁੱਪ ਤੇ ਤੁਸੀਂ ਦੇਖ ਸਕਦੇ ਹਾਂਗੇ ਹੈ ਨਾ ਫਿਲਹਾਲ ਹੁਣ ਘਰ ਨੂੰ ਜਾ ਰਹੇ ਸੀਗੇ ਤੇ ਧੁੰਦ ਬਹੁਤ ਪੈ ਗਈ ਹਨੇਰਾ ਹੋ ਗਿਆ ਸਾਨੂੰ ਅਸੀਂ ਉੱਥੇ ਖਾਈ ਪੀ ਗਏ ਹਾਂਗੇ ਤੇ ਬਾਕੀ ਮੂਹਰੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਧੁੰਦ ਆ ਤੇ ਉਹਦੇ ਕਰਕੇ ਦਿਖਦਾ ਘੱਟ ਹੈਗਾ ਤੇ ਬਾਕੀ ਸਾਰੇ ਜਾਣਿਆਂ ਦੀ ਨਿਗਾਹਾਂ ਉੱਧਰ ਹੀ ਨੇ ਇੱਧਰ ਪਿੱਛੇ ਚਾਚੇ ਦੀਆਂ ਹੈ ਚਾਚਾ ਹਾਂ ਪੁੱਤ ਤੇ ਗਾਈਜ਼ ਅਸੀਂ ਘਰੇ ਪਹੁੰਚ ਗਏ ਸੀਗੇ ਲਾਈਟਾਂ ਦਾ ਕੰਮ ਤਾਂ ਕਰਾ ਲਿਆ ਜਿਹੜਾ ਵਿੱਚ ਅਕ੍ਰੈਲਿਕ ਦਾ ਕਟਾਉਣਾ ਸੀਗਾ ਤੇ ਫਿਲਹਾਲ ਉਹ ਕਸਾਂਗੇ ਆਪਾਂ ਕੱਲ੍ਹ ਕੱਸ ਦਾਂਗੇ ਉਹ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਟੋਟਲ ਲੁੱਕ ਤੁਹਾਨੂੰ ਅਗਲੇ ਵਲੌਗ 'ਚ ਦੇਖਣ ਨੂੰ ਮਿਲੂਗੀ ਤੇ ਆਹ ਹਰਲੀਨ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਇਹ ਫੈਮਿਲੀ ਵਲੌਗਸ ਪਾਉਂਦੀ ਹੁੰਦੀ ਹੈਗੀ ਉੱਪਲ ਫੈਮਿਲੀ ਵਲੌਗਸ ਚੈਨਲ ਹੈਗਾ ਜਿਹੜਾ ਆਪਣਾ ਦੂਜਾ ਚੈਨਲ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਓਕੇ ਫਿਰ ਨਵੇਂ ਵਲੌਗ
इस ब्लॉग नूं इन्ने इत्थे खत्म करदे आं आपां, ते जिहड़ी फिटिंग होगी उह तुहानूं अगले ब्लॉग च देखण नूं मिलेगी। ओके फिर बाय बाय, चैनल नूं कर दिओ सबसक्राइब, नहीं नहीं तैं नहीं हथ लाउणा, मैं लाऊंगा।